ਡੀਐਸਜੀਐਮਸੀ ਦੇ ਪ੍ਰਧਾਨ ਤੇ ਰਜ਼ੌਰੀ ਗਾਰਡਨ ਤੋਂ ਬੀਜੇਪੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਬਾਲੀਵੁੱਡ ਦੇ ਸਿਤਾਰਿਆਂ ਵੱਲੋਂ ਕਥਿਤ ਤੌਰ ਤੇ ਨਸ਼ਾ ਕਰਨ ਦੀ ਗੱਲ ਨੂੰ ਮੁੜ ਦੁਹਰਾਇਆ ਹੈ। ਇੰਨਾ ਹੀ ਨਹੀਂ, ਸਿਰਸਾ ਨੇ ਦੀਪਿਕਾ, ਰਣਬੀਰ ਕਪੂਰ, ਸ਼ਾਹਿਦ ਕਪੂਰ, ਅਰਜਨ ਕਪੂਰ ਤੇ ਕਰਨ ਜੌਹਰ ਜਿਹੇ ਸਿਤਾਰਿਆਂ ਖਿਲਾਫ FIR ਦਰਜ ਕਰਨ ਦੀ ਮੰਗ ਕਰ ਦਿੱਤੀ ਹੈ। ਸਿਰਸਾ ਨੇ ਟਵੀਟ ਕਰ ਦੱਸਿਆ ਕਿ ਉਹਨਾਂ ਮੁੰਬਈ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਨਸ਼ਿਆਂ ਤੇ ਨੌਜਵਾਨਾਂ ਨੂੰ ਕੁਹਾਰੇ ਪਾਉਣ ਵਾਲੇ ਸਿਤਾਰਿਆਂ ਖਿਲਾਫ ਨਾਰਕੋਟਿਕਸ ਡਰੱਗ ਅਤੇ ਸਾਈਕੋਟ੍ਰੋਪਿਕ ਪਦਾਰਥ ਐਕਟ 1985 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸਿਰਸਾ ਨੇ ਚਿੱਠੀ ਵਿੱਚ 28 ਜੁਲਾਈ ਨੂੰ ਬਾਲੀਵੁੱਡ ਸਿਤਾਰੇ ਕਰਨ ਜੌਹਰ ਦੇ ਘਰ ਕਥਿਤ ਡਰੱਗ ਪਾਰਟੀ ਦਾ ਜ਼ਿਕਰ ਕੀਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟ੍ਰੋਲਸ ਨੂੰ ਵੀ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਦੇ ਵਿੱਚ ਪਿੱਛੇ ਨਹੀਂ ਹਟਣਗੇ। ਉਹਨਾਂ ਕੁਝ ਲੋਕਾਂ ਦੇ ਟਵੀਟਸ ਦੇ ਸਕ੍ਰੀਨਸ਼ਾਟ ਪੋਸਟ ਕਰ ਲਿਖਿਆ ਕਿ ਉਹ ਇੱਕ ਮਕਸਦ ਲਈ ਲੜ ਰਹੇ ਨੇ। ਉਹਨਾਂ ਕਿਹਾ ਕਿ ਇਹ ਨਸ਼ੇ ਦੇ ਆਦੀ ਸਿਤਾਰੇ ਅਸਲ ਜੀਵਨ ਵਿੱਚ ਗਲਤ ਟ੍ਰੈਂਡ ਬਣਾ ਰਹੇ ਨੇ। ਉਹ ਪਰਦੇ ਤੇ ਰਹਿ ਕੇ ਦੇਸ਼ ਦੇ ਨੌਜਵਾਨਾਂ ਨੂੰ ਬਦਨਾਮ ਕਰ ਰਹੇ ਨੇ। ਮੈਂ ਇਸ ਕੇਸ ਨੂੰ ਆਖਿਰ ਤੱਕ ਲੈ ਕੇ ਜਾਵਾਂਗਾ ਤੇ ਸਿਤਾਰਿਆਂ ਦੇ ਪਖੰਡ ਨੂੰ ਉਜਾਗਰ ਕਰਾਂਗਾ। ਬਿਊਰੋ ਰਿਪੋਰਟ, ਹਕੀਕਤ ਟੀਵੀ।